ਮੋਗਾ ਦੇ ਵਿੱਚ ਇੱਕ ਲੇਡੀ ਇੰਸਪੈਕਟਰ ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਹੁਣ ਇੱਕ ਹੋਰ ਵਿਵਾਦ ਸਾਹਮਣੇ ਆਇਆ ਜਿਹਦੇ ਵਿੱਚ ਅਰਸ਼ਪ੍ਰੀਤ ਕੌਰ ਗਰੇਵਾਲ ਜਿਹਦੇ ਤੇ ਇਲਜ਼ਾਮ ਲੱਗਿਆ ਸੀਗਾ ਕਿ ਡਰਗ ਤਸਕਰੀ ਦਾ ਸਾਥ ਦਿੱਤਾ ਉਹ ਤੋਂ ਪੈਸੇ ਜਿਹੜੇ ਹੈਗੇ ਉਹ ਲਿੱਤੇ ਗਏ ਨੇ ਇਹ ਇਲਜ਼ਾਮ ਨੇ ਵੱਡਾ ਹਾਲਾਂਕਿ ਕਾਰਵਾਈ ਵੀ ਕੀਤੀ ਗਈ ਹੈ ਲੇਕਿਨ ਇਸ ਵੇਲੇ ਇੰਟਰਨੈਟ ਤੇ ਕਿ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਅਰਸ਼ਪ੍ਰੀਤ ਵੱਲੋਂ ਕਿ ਮੇਰੇ ਨਾਲ ਗਲਤ ਜਿਹੜਾ ਹੈਗਾ ਉਹ ਕੀਤਾ ਗਿਆ ਉੱਥੇ ਦੇ ਹੀ ਡੀਐਸਪੀ ਤੇ ਹੋਰ ਜਿਹੜੇ ਆਫੀਸਰਸ ਨੇ ਉਹਨਾਂ ਨੇ ਕਾਫੀ ਜ਼ਿਆਦਾ ਫੋਰਸ ਕੀਤਾ ਇੱਕ ਡੀਐਸਪੀ ਨੇ ਮੇਰੇ ਨਾਲ ਗਲਤ ਹਰਕਤ ਕੀਤੀ ਮੇਰੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜੇਕਰ ਮੈਂ ਮਨਾ ਕੀਤਾ ਤਾਂ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਆ ਉਹ ਮੇਰੇ ਤੇ ਲੱਗੇ ਆ ਹਾਲਾਂਕਿ ਪੰਜਾਬ ਮਹਿਲਾ ਕਮਿਸ਼ਨ ਤੇ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਐ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹਦੇ ਤੇ ਸੰਗਿਆਨ ਜ਼ਰੂਰ ਲਿਆ ਜਾਏ ਇਸ ਤੇ ਕਾਰਵਾਈ ਜਿਹੜੀ ਐ ਤਾਂ ਪੂਰੀ ਇਨਵੈਸਟੀਗੇਸ਼ਨ ਕਰਾਈ ਜਾਏ ਸਾਡੇ ਨਾਲ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਮਾਮਲਾ ਕਾਫੀ ਹੁਣ ਸੀਰੀਅਸ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੀ ਪੋਸਟ ਵਾਇਰਲ ਹੋ ਰਹੀ ਐ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਖਿਰ ਇਹਦੇ ਵਿੱਚ ਸੱਚਾਈ ਕੀ ਐ ਮੈਮ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਪੋਸਟ ਵਾਇਰਲ ਹੋ ਰਹੀ ਐ ਕੱਲ ਜਿੰਨੀ ਵੀ ਬੜੀ ਕਾਰਵਾਈ ਹੋਈ ਐ ਤੁਸੀਂ ਕਿਸ ਤਰ੍ਹਾਂ ਵੇਖੋ ਦੇਖੋ ਇਹ ਬਹੁਤ ਹੀ ਸੀਰੀਅਸ ਐਲੀਗੇਸ਼ਨਸ ਨੇ ਇਹਦੇ ਅੰਦਰ ਮਰਡਰ ਵੀ ਆਉਂਦਾ ਇਹਦੇ ਅੰਦਰ ਐਨਡੀਪੀਐਸ ਵਾਲਾ ਵੀ ਆਉਂਦਾ ਇਹਦੇ ਅੰਦਰ ਪੋਸ਼ ਵੀ ਆਉਂਦਾ ਔਰ ਲੇਕਿਨ ਮੈਂ ਇਹ ਗੱਲ ਜ਼ਰੂਰ ਕਹੂੰਗੀ ਕਿ ਜਿੱਥੇ ਕਹਿੰਦੇ ਨੇ ਨਾ ਕਿ ਅੱਗ ਜੋ ਧੂਆਂ ਨਿਕਲਦਾ ਜਦੋਂ ਉੱਥੇ ਕਿਤੇ ਨਾ ਕਿਤੇ ਤੇ ਅੱਗ ਹੁੰਦੀ ਹੈ ਅਸੀਂ ਇਹਦਾ ਪੂਰੀ ਜਾਂਚ ਪੂਰੀ ਅਸੀਂ ਸੀਰੀਅਸਨੈਸ ਨਾਲ ਕਰਾਵਾਂਗੇ ਅਸੀਂ ਇਨ ਟੱਚ ਹੈਗੇ ਆ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਉੱਥੇ ਗੱਲਬਾਤ ਵੀ ਹੋਈ ਹੈ ਸਵੇਰ ਦੀ ਮੇਰੀ ਬੜੀ ਵਾਰੀ ਗੱਲ ਹੋਈ ਹੈ ਔਰ ਉਹਨਾਂ ਕੋਲੋਂ ਰਿਪੋਰਟ ਵੀ ਮੰਗੀ ਹੈ ਅਸੀਂ ਲੇਕਿਨ ਗੱਲ ਇਹ ਨਾ ਕਿ ਅਰਸ਼ਦੀਪ ਇਜ਼ ਨੋ ਵੇਅਰ ਟੂ ਬੀ ਸੀਨ ਹੁਣ ਜਦ ਤੱਕ ਉਹਦਾ ਪੱਖ ਨਹੀਂ ਸੁਣਿਆ ਜਾਂਦਾ ਜਾਂ ਉਹ ਕੀ ਕਹਿੰਦੇ ਨੇ ਤਾਂ ਉਦੋਂ ਤੱਕ ਇਹਦੇ ਤਰਫ ਤੋਂ ਤਾਂ ਕੋਈ ਸਾਨੂੰ ਕਲੈਰਿਟੀ ਆਏਗੀ ਨਹੀਂ ਲੇਕਿਨ ਮੈਂ ਇਹ ਗੱਲ ਕਹਿੰਦੀ ਕਿ ਅਰਸ਼ਦੀਪ ਨੂੰ ਜਿਹੜਾ ਆ ਉਹ ਛੁਪਣਾ ਨਹੀਂ ਚਾਹੀਦਾ ਉਹਨੂੰ ਅੱਗੇ ਆਉਣਾ ਚਾਹੀਦਾ ਆਪਣੀ ਗੱਲ ਰੱਖਣੀ ਚਾਹੀਦੀ ਹੈ ਨਾ ਕਿ ਸਿਰਫ ਇੱਕ ਮੀਡੀਆ 'ਚ ਨਹੀਂ ਪਾਉਣਾ ਚਾਹੀਦਾ ਇਕੱਲਾ ਉਹ ਆ ਕੇ ਆਪਣਾ ਪੱਖ ਰੱਖੇ ਤਾਂ ਹੀ ਤਾਂ ਇਨਕੁਆਇਰੀ ਜਿਹੜੀ ਹੈ ਕੰਪਲੀਟ ਹੋ ਸਕਦੀ ਹੈ ਔਰ ਮੈਂ ਐਜ਼ ਏ ਵਿਮਨ ਕਮਿਸ਼ਨ ਦੀ ਤਰਫ ਦੇ ਉੱਤੇ ਇਹ ਕਹਿ ਸਕਦੀ ਹਾਂ ਕਿ ਅਸੀਂ ਇਹਨੂੰ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਇਹਦੇ ਉੱਤੇ ਕੰਮ ਕਰਾਂਗੇ ਜੋ ਵੀ ਕਸੂਰਬਾਰ ਹੋਏਗਾ ਉਹਦੇ ਉੱਤੇ ਐਕਟ ਕੀਤਾ ਜਾਏਗਾ ਜੇ ਇਹ ਕਰਸ਼ਦੀਪ ਦਾ ਹੈਗਾ ਗਿਲਟੀ ਹੈਗੀ ਹੈ ਇਹ ਤੇ ਕਾਰਵਾਈ ਹੋਵੇ ਤੇ ਜੇ ਕਿਸੇ ਪੁਲਿਸ ਅਧਿਕਾਰੀ ਦੀ ਹੈਗੀ ਗਲਤੀ ਇਹਦੇ ਅੰਦਰ ਤਾਂ ਉਹਦੇ ਉੱਤੇ ਕਾਰਵਾਈ ਹੋਵੇ ਐਲੀਗੇਸ਼ਨ ਬਹੁਤ ਸੀਰੀਅਸ ਹੈ ਐਨਡੀਪੀਐਸ 'ਚ ਕਿਸੇ ਦਾ ਸਾਥ ਦੇਣਾ ਉਹ ਵੀ ਪੁਲਿਸ ਅਫਸਰ ਵੱਲੋਂ ਇੱਕ ਰਿਸਪਾਂਸੀਬਲ ਪੁਲਿਸ ਲੇਕਿਨ ਦੂਜੇ ਪਾਸੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਣਾ ਕਿ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜੇ ਨਹੀਂ ਮੈਂ ਕੀਤਾ ਤਾਂ ਮੈਨੂੰ ਪਛਾਣ ਦੇਖੋ ਕਈ ਵਾਰੀ ਇਹ ਵੀ ਹੁੰਦਾ ਕਿ ਤੁਸੀਂ ਕਿਤੇ ਕੋਈ ਗਲਤ ਕੰਮ ਕਰ ਵੀ ਲੈਂਦੇ ਹੋ ਅਗਰ ਫਿਰ ਆਪਣੇ ਆਪ ਨੂੰ ਬਚਾਉਣ ਦੇ ਲਈ ਹੋਰ ਐਲੀਗੇਸ਼ਨਸ ਉੱਤੇ ਪੈ ਜਾਂਦੇ ਹੋ ਲੇਕਿਨ ਉਸ ਐਲੀਗੇਸ਼ਨ ਦੇ ਲਈ ਵੀ ਕੋਈ ਬੇਸ ਹੋਣਾ ਚਾਹੀਦਾ ਕੋਈ ਉਹਦੀ ਪ੍ਰੂਫ ਹੋਣੀ ਚਾਹੀਦੀ ਨੇ ਉਸ ਚੀਜ਼ ਦੀ ਰਾਈਟ ਹੁਣ ਇਹ ਹੈ ਕਿ ਜਿਹੜਾ ਹੈਗਾ ਡਰੱਗਸ ਦਾ ਮਾਮਲਾ ਪੰਜਾਬ 'ਚ ਬਹੁਤ ਸੀਰੀਅਸ ਮਾਮਲਾ ਆ ਔਰ ਪੁਲਿਸ ਬਹੁਤ ਮੁਸ਼ੱਦੀ ਨਾਲ ਇਸ ਉੱਤੇ ਕੰਮ ਵੀ ਕਰ ਰਹੀ ਹੈਗੀ ਆ ਅਗਰ ਕੋਈ ਇਹਨਾਂ ਦੇ ਉੱਤੇ ਐਸੀ ਐਲੀਗੇਸ਼ਨ ਹੈ ਔਰ ਪ੍ਰੂਫ ਹੈ ਫਿਰ ਤੇ ਕਾਰਵਾਈ ਬਣਦੀ ਹੈ ਮਗਰ ਅਗਰ ਕੋਈ ਵੀ ਇਹਨਾਂ ਦਾ ਐਸਾ ਨਹੀਂ ਹੈਗਾ ਵੀ ਇਹਦਾ ਕੋਈ ਪ੍ਰੂਫ ਨਹੀਂ ਹੈਗਾ ਇਸ ਚੀਜ਼ ਦਾ ਦੈਨ ਜਿਹੜੀ ਕਾਰਵਾਈ ਹੈ ਜਿਹੜੇ ਹੋਰ ਅਧਿਕਾਰੀ ਇਹਦੇ ਅੰਦਰ ਇਨਵੋਲਵ ਨੇ ਉਹਨਾਂ ਉੱਤੇ ਪੂਰੀ ਬਣਦੀ ਹੈ ਕਿਉਂਕਿ ਮੈਮ ਇਹਦੇ ਵਿੱਚ ਬਹੁਤ ਲੰਬਾ ਚੌੜਾ ਇੱਕ ਜਿਹੜਾ ਪੂਰਾ ਪੋਸਟ ਕੀਤਾ ਹੈ ਕਿ ਇੱਕ ਜਿਹੜੇ ਉੱਥੇ ਗਏ ਸੀ ਹੋਟਲ ਦੇ ਵਿੱਚ ਗਏ ਸੀਗੇ ਉੱਥੇ ਖਾਣਾ ਖਾਣ ਗਏ ਸੀਗੇ ਉੱਥੇ ਮਿਲੇ ਉੱਥੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਆਫਿਸ ਬੁਲਾਇਆ ਬਹੁਤ ਲੰਬਾ ਚੌੜਾ ਹੈ ਲੇਕਿਨ ਕਈ ਪ੍ਰੂਫ ਜਿੱਦਾਂ ਤੁਸੀਂ ਉਹੀ ਗੱਲ ਕਹੀ ਕਿ ਪ੍ਰੂਫ ਜਿਹੜੇ ਆ ਹੋਣੇ ਚਾਹੀਦੇ ਕਿਸੇ ਤਰ੍ਹਾਂ ਦੀ ਕੋਈ ਅਪਰੋਚ ਹਜੇ ਤੱਕ ਕੀਤੀ ਹਾਲਾਂਕਿ ਪੋਸਟ ਤੇ ਵੀ ਜ਼ਰੂਰ ਪੰਜਾਬ ਮਹਿਲਾ ਕਮਿਸ਼ਨ ਦਾ ਨਾਂ ਲਿਆ ਹੈ ਕਿ ਉਹਨਾਂ ਨੂੰ ਸੋ ਮੋਟੋ ਲੈਣਾ ਚਾਹੀਦਾ ਲੇਕਿਨ ਹਜੇ ਤੱਕ ਕੋਈ ਅਪਰੋਚ ਜਾਂ ਤੁਸੀਂ ਦੀਦੀ ਕਹਿ ਰਹੇ ਹੋ ਕਿ ਅਧਿਕਾਰੀਆਂ ਨਾਲ ਗੱਲ ਦੇਖੋ ਸੋ ਮੋਟੋ ਦਾ ਤੇ ਇਹਦੇ ਵਿੱਚ ਕੋਈ ਮਤਲਬ ਹੈ ਨਹੀਂਗਾ ਠੀਕ ਹੈ ਨਾ ਮਗਰ ਯੈਸ ਵੀ ਹੈਵ ਆਲ ਕਾਲਡ ਫਾਰ ਦਾ ਡਿਟੇਲ ਰਿਪੋਰਟ ਉਹ ਅਸੀਂ ਲਵਾਂਗੇ ਬਾਕੀ ਇਹ ਹੋਟਲ 'ਚ ਮਿਲੇ ਖਾਣਾ ਖਾਂਦਾ ਇਟਸ ਨੈਚੁਰਲ ਮਤਲਬ ਨੋਰਮਲ ਜੀ ਗੱਲ ਹੈ ਜੇ ਤੁਸੀਂ ਕਿਸੇ ਹੋਟਲ 'ਚ ਜਾਂਦੇ ਹੋ ਉੱਥੇ ਤੁਹਾਨੂੰ ਕੋਈ ਮਿਲਦਾ ਆ ਉਹਦੇ ਨਾਲ ਬੈਠ ਜਾਂਦੇ ਹੋ ਖਾਣਾ ਖਾਂਦੇ ਹੋ ਔਰ ਤੁਸੀਂ ਕੋ ਆਫੀਸਰਸ ਹੈਗੇ ਹੋ ਆਪਸ ਦੇ ਵਿੱਚ ਤੇ ਆਈ ਡੋਂਟ ਸੀ ਐਨੀ ਐਵੀਡੈਂਸ ਇਨ ਦਿਸ ਐਟ ਆਲ ਬਟ ਯੈਸ ਡੈਫੀਨੇਟਲੀ ਅਗਰ ਅਰਸ਼ਪ੍ਰੀਤ ਸਾਹਮਣੇ ਆਉਂਦੀ ਹੈ ਗੱਲ ਕਰਦੀ ਹੈ ਦੱਸਦੀ ਹੈ ਉਸ ਚੀਜ਼ ਦੀ ਜਿਹੜੀ ਉਹਨੂੰ ਇਨਕੁਆਇਰੀ ਫੇਸ ਕਰਨੀ ਚਾਹੀਦੀ ਹੈ ਜੇ ਉਹ ਗਿਲਟੀ ਨਹੀਂ ਹੈਗੀ ਦੈਨ ਵਾਈ ਹਾਈਡ ਆਪਣਾ ਤੁਸੀਂ ਫੇਸ ਕਰੋ ਉਸ ਚੀਜ਼ ਨੂੰ ਐਲੀਗੇਸ਼ਨ ਠੀਕ ਹੈ ਔਰ ਫਿਰ ਤੁਸੀਂ ਦੂਜੇ ਪਾਸੇ ਐਨਡੀਪੀਐਸ ਦਾ ਕਹਿ ਰਹੇ ਹੋ ਇਹ ਉਸ ਤੋਂ ਵੀ ਜ਼ਿਆਦਾ ਸੀਰੀਅਸ ਹੈਗਾ ਆ ਇੱਕ ਤਰ੍ਹਾਂ ਮਰਡਰ ਇਨਵੋਲਵ ਹੈਗਾ ਤੇ ਇਹ ਜਿਹੜੀ ਮਿਸਟਰੀ ਹੈ ਇਹਨੂੰ ਸੋਲਵ ਕਿੱਦਾਂ ਕੀਤਾ ਜਾਏਗਾ ਜਦੋਂ ਪੂਰੀ ਇਨਕੁਆਇਰੀ ਹੋਏਗੀ ਆਈ ਐਮ ਇਨ ਟੱਚ ਵਿਦ ਆਲ ਦਾ ਆਫੀਸ਼ਲਸ ਇਨ ਮੋਗਾ ਦੇ ਅੰਦਰ ਤੇ ਪੂਰੀ ਉਹਨਾਂ ਦੀ ਮੈਂ ਗੱਲ ਵੀ ਸੁਣੀ ਔਰ ਡਿਟੇਲ ਰਿਪੋਰਟ ਵੀ ਮੰਗੀ ਹੈ ਔਰ ਬੜੀ ਛੇਤੀ ਰਿਪੋਰਟ ਵੀ ਆ ਜਾਏਗੀ ਐਂਡ ਵੀ ਵਿਲ ਐਕਟ ਔਨ ਦੈਟ ਬਿਲਕੁਲ ਬਹੁਤ ਜ਼ਰੂਰੀ ਹੋ ਜਾਂਦਾ ਜਿੱਦਾਂ ਮੈਮ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਔਰ ਇਹਦੇ ਵਿੱਚ ਰਿਪੋਰਟ ਮੰਗੀ ਗਈ ਹੈ ਕਿ ਕੀ ਕੀ ਚੀਜ਼ਾਂ ਰਹੀ ਹੈ ਕਿਸ ਤਰ੍ਹਾਂ ਦੇ ਤੱਥ ਰਹੇ ਨੇ ਕਿਸ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਲੱਗੇ ਨੇ ਉਹਦੇ ਕੋਈ ਪ੍ਰੂਫ ਜਿਹੜੇ ਆ ਉਹ ਸ਼ੋਅ ਕੀਤੇ ਆ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਹਾਲਾਂਕਿ ਪੁਲਿਸ ਅਧਿਕਾਰੀ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹੋ ਦੂਜੇ ਪਾਸੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਵੀ ਕਿਹਾ ਗਿਆ ਕਿ ਇਹਦੀ ਪੂਰੀ ਰਿਪੋਰਟ ਡਿਟੇਲ ਰਿਪੋਰਟ ਮੰਗੀ ਗਈ ਹੈ ਔਰ ਜਿਹੜੀ ਵੀ ਚੀਜ਼ਾਂ ਹੋਣਗੀ
ਅਕਿਊਜ਼ਡ ਹੈਗਾ ਜਾਂ ਜੋ ਵੀ ਇਹਨੇ ਗਲਤ ਕੰਮ ਕੀਤਾ ਉਹਦੇ ਖਿਲਾਫ ਚਾਹੇ ਕੋਈ ਵੀ ਹੋਵੇ ਚਾਹੇ ਉਹ ਲੇਡੀ ਇੰਸਪੈਕਟਰ ਹੋਵੇ ਚਾਹੇ ਉਹ ਜਿਹੜੇ ਵੀ ਆਫੀਸਰ ਹੋਣ ਜਿਹਨੇ ਵੀ ਗਲਤ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ।